ਧੰਨ ਵਾਹਿਗੁਰੂ ਸਾਹਿਬ ਜੀ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਮਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਨਾਲ ਜਿੱਥੇ ਸ਼ਾਮ ਦੇ ਦੀਵਾਨ ਦੇ ਵਿੱਚ ਸੋਦਰ ਦੀ ਬਾਣੀ ਪਾਠ ਹੋਇਆ ਹੈ, ਸਤਿਕਾਰਯੋਗ ਜਿੱਥੇ ਨੇ ਕੀਰਤਨ ਗਾਇਨ ਕੀਤਾ, ਸ਼ਹੀਦਾਂ ਦੇ ਸਰਤਾਜ ਪੰਜਵੇਂ ਨਾਨਕ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦਾ ਦੂਸਰੀ ਅਸ਼ਟਪਦੀ ਦਾ ਛੇਵਾਂ ਪਦਾ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਅਸੀਸ ਲੈ ਕੇ ਗੁਰੂ ਵੱਲੋਂ ਦਿੱਤੇ ਹੋਏ ਪਾਵਨ ਬਚਨਾਂ ਨੂੰ ਵਿਚਾਰ ਸਕੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰਦੇਵ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਮਹਾਰਾਜ ਜੀ ਨੇ ਅਸ਼ਟਪਦੀ ਦੇ ਵਿੱਚ ਨਾਮ ਦਾ ਜਪਣ ਦਾ ਜ਼ਿਕਰ ਕੀਤਾ ਹੈ ਔਰ ਜਿਹੜੇ ਜਪਣ ਵਾਲੇ ਹਨ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਬਦਲਾਵ, ਉਹਨਾਂ ਦੇ ਜੀਵਨ ਦੀਆਂ ਵਡਿਆਈਆਂ ਬਿਆਨ ਕੀਤੀਆਂ ਨੇ। ਸਲੋਕ ਇਹ ਗੱਲ ਕਹਿੰਦਾ ਸੀ ਕਿ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸ਼ਰਨ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸ਼ਰਨ ਆਉਣਾ ਹੀ ਨਾਮ ਜਪਣਾ ਹੈ। ਜੇ ਸੌਖੇ ਅਲਫਾਜ਼ਾਂ ਦੇ ਵਿੱਚ ਗੱਲ ਯਾਦ ਰੱਖਣੀ ਹੋਵੇ ਤਾਂ ਇਹ ਗੱਲ ਗੁਰੂ ਨੇ ਹੀ ਕਹਿ ਦਿੱਤੀ ਹੈ ਕਿ ਕਰਤੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਜਾਣਾ, ਉਹਦੇ ਹੁਕਮ ਅਨੁਸਾਰ ਹੀ ਹੋ ਕੇ ਜਿਉਣਾ, ਆਪਣੇ ਆਪੇ ਨੂੰ ਸਮਰਪਣ ਕਰ ਦੇਣਾ, ਇਹੀ ਨਾਮ ਦ੍ਰਿੜ ਕਰਨਾ ਹੈ। ਗੁਰਦੇਵ ਮਹਾਰਾਜ ਜੀ ਨੇ ਇਸ ਪਦੇ ਦੀ ਆਰੰਭਤਾ ਦੇ ਵਿੱਚ ਸ਼ਬਦ ਵਰਤੇ ਨੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ। ਜਿਹੜਾ ਜਨ ਹੈ, ਸੇਵਕ ਹੈ, ਪਿਆਰ ਵਾਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ, ਉਹਦੀ ਯਾਦ ਨੂੰ, ਉਹਦੀ ਹੋਂਦ ਨੂੰ ਇਸ ਰੂਪ ਵਿੱਚ ਲੈਂਦਾ ਕਿ ਉਹਦੇ ਲਈ ਹੋਂਦ ਨੂੰ ਮੰਨਣਾ ਹੀ ਉਹਦੇ ਲਈ ਮੁਕਤੀ ਦਾ ਇੱਕ ਰਾਹ ਬਣ ਜਾਂਦਾ ਹੈ। ਜਿਹੜਾ ਮੁਕਤ ਸ਼ਬਦ ਹੈ, ਮੁਕਤੀ ਸ਼ਬਦ ਹੈ, ਇਹ ਬੜਾ ਪੁਰਾਣਾ ਹੈ, ਪੁਰਾਣਕ ਸਾਹਿਤਕ ਸ਼ਬਦ ਹੈ। ਤਕਰੀਬਨ ਮਤਾਂ ਵਾਲਿਆਂ ਨੇ, ਵਿਚਾਰ ਵਾਲਿਆਂ ਨੇ, ਮਜ਼ਹਬ ਵਾਲਿਆਂ ਨੇ ਇਹਦੀ ਆਪੋ ਆਪਣੇ ਤਰੀਕੇ ਨਾਲ ਵਿਆਖਿਆ ਕੀਤੀ ਹੈ। ਅਗਰ ਤੁਸੀਂ ਵੇਦਾਂ ਅਤੇ ਪੁਰਾਣਾ ਸ਼ਾਸਤਰਾਂ ਦੇ ਮੁਤਾਬਕ ਵੇਖੋ
ਅਤੇ ਉਹਨਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਅੰਤਰ ਦੇ ਵਿੱਚ ਮੁਕਤੀ ਇਸ ਰੂਪ ਵਿੱਚ ਮੰਨੀ ਗਈ ਹੈ ਕਿ ਇਹ ਸਰੀਰ ਦੁੱਖਾਂ ਦਾ ਘਰ ਹੈ, ਜਦੋਂ ਤੱਕ ਸਰੀਰ ਰਹੇਗਾ ਦੁੱਖ ਰਹਿਣਗੇ ਰਹਿਣਗੇ, ਇਸ ਕਰਕੇ ਸਰੀਰ ਦੇ ਵਿੱਚੋਂ ਦੀ ਆਤਮਾ ਦਾ ਨਿਕਲ ਜਾਣਾ ਹੀ ਦੁੱਖਾਂ ਤੋਂ ਛੁਟਕਾਰਾ ਹੈ, ਇਸ ਨੂੰ ਉਹਨਾਂ ਨੇ ਮੁਕਤੀ ਕਿਹਾ। ਕੁਝ ਲੋਕਾਂ ਨੇ ਆਖਿਆ ਕਿ ਇੱਕ ਖਾਸ ਜਗ੍ਹਾ 'ਤੇ ਜੀਵ ਆਤਮਾ ਜਦੋਂ ਪਹੁੰਚ ਜਾਏ ਤਾਂ ਬੰਦੇ ਦੀ ਮੁਕਤੀ ਮੰਨੀ ਜਾਂਦੀ ਹੈ, ਫਿਰ ਉਸ ਮੁਕਤੀ ਲਈ ਕੁਝ ਕਿਰਿਆ ਬਣਾਈਆਂ ਗਈਆਂ, ਕੁਝ ਮਰਿਆਦਾ ਸਥਾਪਿਤ ਕੀਤੀਆਂ ਗਈਆਂ, ਜਿਨ੍ਹਾਂ ਦਾ ਜੀ ਚਲਾ ਗਿਆ ਉਹਨਾਂ ਘਰ ਵਾਲਿਆਂ ਨੂੰ ਮਗਰੋਂ ਦੀ ਕਹਿਣਾ ਕਿ ਪੂਰਨ ਰੂਪ ਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਬੰਦਾ ਮੁਕਤੀ ਨੂੰ ਹਾਸਲ ਹੋਵੇ ਤਾਂ ਤੁਹਾਨੂੰ ਆਹ ਕਰਮ ਕਰਨੇ ਪੈਣਗੇ ਉਸ ਜੀਵ ਦੇ ਨਾਮ ਥੱਲੇ। ਸੋ ਇੱਦਾਂ ਬੜੀ ਲੰਮੀ ਚੌੜੀ ਲਿਸਟ ਬਣੀ। ਇਹਦੇ ਲਈ ਇੱਕ ਗ੍ਰੰਥ ਲਿਖਿਆ ਗਿਆ, ਪੂਰਾ ਵੱਡਾ ਗ੍ਰੰਥ ਸਥਾਪਿਤ ਹੋਇਆ, ਉਸ ਗ੍ਰੰਥ ਦਾ ਨਾਮ ਹੈ ਗਰੁੜ ਪੁਰਾਣ ਗ੍ਰੰਥ। ਉਹਦੇ ਵਿੱਚ ਬੰਦੇ ਦੇ ਸਰੀਰ ਛੱਡਣ ਦੇ ਬਾਅਦ ਭਾਵ ਦੁੱਖਾਂ ਤੋਂ ਕਲੇਸ਼ਾਂ ਤੋਂ ਨਿਕਲਣ ਦੀ ਮੁਕਤੀ ਦੀ ਬੜੀ ਲੰਮੀ ਵਾਰਤਾ ਹੈ, ਕਿਉਂਕਿ ਗਰੁੜ ਜਿਹੜਾ ਸ਼ਬਦ ਹੈ ਨਾ ਇਹ ਪੰਛੀ ਦਾ ਨਾਮ ਹੈ, ਵਿਸ਼ਨੂੰ ਜੀ ਦੀ ਸਵਾਰੀ ਹੈ ਅਤੇ ਵਿਸ਼ਨੂੰ ਜੀ ਪੰਛੀ ਨੂੰ ਸਾਰੀ ਕਹਾਣੀ ਸਮਝਾ ਰਹੇ ਨੇ ਕਿ ਬੰਦੇ ਦੀ ਮੁਕਤੀ ਕਿੱਦਾਂ ਹੋ ਸਕਦੀ ਹੈ। ਉਹ ਉਹਨੂੰ ਜਿਹੜੀ ਗੱਲ ਸਮਝਾ ਰਹੇ ਨੇ ਉਹ ਗ੍ਰੰਥ ਦਾ ਰੂਪ ਧਾਰਨ ਕਰ ਗਿਆ। ਹੁਣ ਇਹ ਗੱਲ ਸਮਝ ਨਹੀਂ ਆਉਂਦੀ ਕਿ ਉਹ ਗਰੁੜ ਨੇ ਹੱਥ ਵਿੱਚ ਕਲਮ ਫੜ ਕੇ ਅਤੇ ਨਾਲ ਨਾਲ ਲਿਖਣਾ ਸ਼ੁਰੂ ਕਰਤਾ ਸੀ ਜਾਂ ਉਹਦੇ ਗੱਲ 'ਚ ਰਿਕਾਰਡਰ ਪਿਆ ਹੋਇਆ ਸੀ, ਇਹ ਗੱਲ ਅੱਜ ਸਮਝ ਨਹੀਂ ਆ ਰਹੀ। ਪਰ ਖੈਰ ਦੇਵਤਾ ਜੀ ਨੇ ਸਾਰੀ ਗੱਲ ਉਹਨੂੰ ਸਮਝਾਈ, ਗ੍ਰੰਥ ਬਣਿਆ ਇੱਕ ਬੜਾ ਮੋਟਾ ਸਾਰਾ। ਉਹਦੇ ਵਿੱਚ ਬੰਦੇ ਦੇ ਮਰਨ ਤੋਂ ਲੈ ਕੇ ਕਿ ਬੰਦਾ ਜਿੱਥੇ ਵੀ ਖਤਮ ਹੋਇਆ ਘਰ ਦੇ ਵਿੱਚ ਹੈ ਅਤੇ ਉਹਨੂੰ ਉਸੇ ਟਾਈਮ ਬੈੱਡ ਤੋਂ ਥੱਲੇ ਲਾ ਲਓ, ਉਹਨੂੰ ਦਬਦੀ ਘਾਹ ਵਿਛਾ ਕੇ ਉੱਤੇ ਲੰਮੇ ਪਾਓ, ਇੱਕ ਦੀਵਾ ਬਾਲੋ, ਉਹਦੇ ਵਿੱਚ ਇੱਕ ਸਿੱਕਾ ਰੱਖੋ ਔਰ ਉਹ 365 ਦਿਨ ਸਿੱਕਾ ਬਾਲਣਾ, ਉਹ ਦੀਵਾ ਚੱਲਣਾ ਚਾਹੀਦਾ, ਉਹ ਸਿੱਕਾ ਚਾਂਦੀ ਦਾ ਹੋਏਗਾ, ਉਹ ਅਖੀਰ ਦੇ ਵਿੱਚ ਮੰਦਰ ਪਹੁੰਚਣਾ ਬ੍ਰਾਹਮਣ ਦੇ ਕੋਲ। ਫਿਰ ਬੰਦੇ ਨੂੰ ਜਦੋਂ ਘਰ ਰੱਖਣਾ ਆ ਮੰਤਰ ਪੜ੍ਹਦੇ ਰਹੋ, ਜਦੋਂ ਲੈ ਕੇ ਜਾਣਾ ਧਾਰਮਿਕ ਸਥਾਨ 'ਤੇ ਮੱਥਾ ਟਿਕਾਓ, ਜਦੋਂ ਸ਼ਮਸ਼ਾਨ ਘਾਟ ਜਾਣਾ ਉੱਥੇ ਇਹ ਮੰਤਰ ਪੜ੍ਹੇ ਜਾਣਗੇ, ਚਾਰ ਕਿੱਲੀਆਂ ਗੱਡ ਕੇ ਅਤੇ ਧਾਗੇ ਬੰਨੇ ਜਾਣਗੇ, ਫਿਰ ਖਾਸ ਕਿਸਮ ਦੇ ਨਾਲ ਅਗਨ ਭੇਟ ਕਰਨਾ, ਐਵੇਂ ਨਹੀਂ। ਉਹਦੇ ਬਾਅਦ ਫਿਰ ਬੜੀਆਂ ਲੰਮੀਆਂ ਲਿਸਟਾਂ ਨੇ, ਪਰ ਸੰਖੇਪ 'ਚ ਮੈਂ ਬੇਨਤੀ ਕਰ ਰਿਹਾ ਕਿ ਫਿਰ ਉਹਨਾਂ ਨੇ ਨਾਲ ਲਿਖਿਆ ਕਿ ਵਿੱਚੋਂ ਜਿਹੜੇ ਉਹਦੇ ਫੁੱਲ ਹੱਡੀਆਂ ਨੇ ਉਹ ਚੁਣਨੇ ਨੇ ਕੁਝ ਦਿਨ ਬਾਅਦ ਆ ਕੇ, ਫਿਰ ਉਹਨਾਂ ਹੱਡੀਆਂ ਨੂੰ ਤੁਸੀਂ ਹਰਿਦੁਆਰ ਲੈ ਕੇ ਜਾਣਾ ਹੈ ਜਾਂ ਜਗਨਨਾਥ ਪੁਰੀ ਦੀਆਂ ਨਹਿਰਾਂ ਦੇ ਵਿੱਚ ਵਹਾਉਣਾ ਹੈ। ਔਰ ਕੁਝ ਇਸ ਕਿਸਮ ਦੇ ਵੱਖਰੇ ਵੱਖਰੇ ਖਿਆਲ ਵੀ ਉਹਦੇ ਵਿੱਚ ਲਿਖੇ ਨੇ ਕਿ ਜੇ ਕੋਈ ਧਾਰਮਿਕ ਸਥਾਨ ਦੇ ਵਿੱਚ ਮਰਦਾ ਹੈ ਤਾਂ ਉਹ ਛੇਤੀ ਪਹੁੰਚੇਗਾ, ਜੇ ਕੋਈ ਤੀਰਥ ਸਥਾਨਾਂ 'ਤੇ ਜਾ ਕੇ ਖਤਮ ਹੁੰਦਾ ਤਾਂ ਫਿਰ ਉਹ ਬੈਕੁੰਠ ਨੂੰ ਸਿੱਧਾ ਜਾਏਗਾ, ਉਹਨੂੰ ਦੇਵਤੇ ਅੱਗਿਓਂ ਲੈਣ ਵਾਸਤੇ ਆਉਣਗੇ। ਕਦੀ ਤੁਹਾਨੂੰ ਮੌਕਾ ਮਿਲੇ ਜਗਨਨਾਥ ਪੁਰੀ ਜਿਹੜਾ ਸ਼ਹਿਰ ਹੈ ਉੱਥੇ ਇੱਕ ਖਾਸ ਉਹਨਾਂ ਨੇ ਜਗ੍ਹਾ ਬਣਾਈ ਹੋਈ ਹੈ, ਦਾਸ ਦੇ ਕੇ ਆਇਆ ਉਹ ਸਾਰਾ ਥਾਂ, ਉਹਨਾਂ ਨੇ ਉਸ ਨਾਮ ਦਾ ਥਾਂ ਹੀ ਬੈਕੁੰਠ ਧਾਮ ਰੱਖਿਆ ਹੈ। ਉੱਥੇ ਇੰਨੀ ਲੰਮੀ ਲਿਸਟ ਚੱਲਦੀ ਹੈ ਕਿ ਜਿਵੇਂ ਅਸੀਂ ਇੱਥੇ ਫਿਊਨਰਲ ਹੋਮ ਬੁਕਿੰਗ ਕਰਾਉਂਦੇ ਹਾਂ, ਉੱਥੇ ਮਰੇ ਹੋਏ ਲੋਕਾਂ ਦੀ ਬੁਕਿੰਗ ਦੀਆਂ ਬੜੀਆਂ ਲੰਮੀਆਂ ਚੌੜੀਆਂ ਲਿਸਟਾਂ ਨੇ, ਕਈਆਂ ਦੀ ਵਾਰੀ ਛੇਤੀ ਨਹੀਂ ਆਉਂਦੀ, ਕਿਉਂਕਿ ਹਰੇਕ ਨੂੰ ਹੁੰਦਾ ਕਿ ਚਲੋ ਜਿੱਦਾਂ ਦਾ ਮਰਜ਼ੀ ਬਾਪੂ ਸੀ ਸਾਡਾ, ਚਾਚੇ ਨਾਲ ਲੜਦਾ ਰਿਹਾ, ਤਾਏ ਨਾਲ ਹੱਥੋਂ ਪਾਈ ਹੁੰਦਾ ਰਿਹਾ, ਪਿਓ ਦਾ ਉਹ ਇੰਨਾ ਹੱਕ ਖਾ ਗਿਆ ਮਾਰਦਾ ਰਿਹਾ, ਪਰ ਚਲੋ ਜਿੱਦਾਂ ਦਾ ਵੀ ਸੀ ਇਹਨੂੰ ਹੁਣ ਬੇਕੁੰਠ ਪਹੁੰਚਾਈਏ ਆਪਾਂ ਰਲ ਕੇ। ਉੱਥੇ ਬੁਕਿੰਗਾਂ ਚੱਲਦੀਆਂ ਨੇ, ਇੱਦਾਂ ਨਾਮ ਲਿਖਾਏ ਜਾਂਦੇ ਨੇ, ਇਹ ਸਾਰੀ ਕਿਰਿਆ ਲਿਖੀ ਹੋਈ ਹੈ। ਔਰ ਕੁਛ ਮਤਾਂ ਦੇ ਵਿੱਚ ਵੱਖਰੇ ਰੂਪ ਦੇ ਵਿੱਚ ਇਹਦਾ ਵਿਸਥਾਰ ਹੈ, ਜਿਵੇਂ ਕਿ ਇੱਕ ਈਸਾਈ ਧਰਮ ਹੈ, ਯਹੂਦੀ ਧਰਮ ਹੈ, ਇਸਲਾਮ ਧਰਮ ਹੈ, ਇਸ ਵਿੱਚ ਬੰਦੇ ਨੂੰ ਗੜ ਦਿੱਤਾ ਜਾਂਦਾ ਧਰਤੀ 'ਤੇ ਅਤੇ ਉਹ ਕਹਿੰਦੇ ਨੇ ਕਿਆਮਤ ਦਾ ਵਕਤ ਆਏਗਾ ਅਤੇ ਮੁਹੰਮਦ ਸਾਹਿਬ ਜਿਨ੍ਹਾਂ ਦੀ ਗਵਾਹੀ ਭਰਨਗੇ ਉਹ ਲੋਕ ਮੁੜ ਕੇ ਜਿਉਂਦੇ ਹੋਣਗੇ, ਉਹਨਾਂ ਨੂੰ ਭਿਸ਼ਤ ਪ੍ਰਾਪਤ ਹੋਏਗਾ ਸਵਰਗ, ਉਹ ਉਹਨੂੰ ਮੁਕਤੀ ਮੰਨਦੇ ਨੇ। ਥੋੜ੍ਹੇ ਥੋੜ੍ਹੇ ਫਰਕਾਂ ਦੇ ਵਿੱਚ ਇੱਦਾਂ ਅੰਤਰ ਹੈ, ਪਰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮੁਕਤ ਸ਼ਬਦ ਆਏਗਾ, ਮੁਕਤੀ ਵਰਡ ਆਏਗਾ, ਤਾਂ ਸਾਨੂੰ ਇੰਨੇ ਦੀਰਘ ਰੂਪ ਦੇ ਵਿੱਚ ਬਾਣੀ ਦੀ ਸਟੱਡੀ ਕਰਨੀ ਪਏਗੀ ਕਿ ਕਿਤੇ ਰਲਗੜ ਨਾ ਹੋ ਜਾਏ, ਰੱਤਾ ਮਾਤਰ ਵੀ ਅਗਰ ਥੋੜ੍ਹਾ ਜਿਹਾ ਵੀ ਉਰਾਂ ਪਰਾਂ ਚਲਾ ਗਿਆ ਅਤੇ ਸਦੀਆਂ ਤੱਕ ਜਿਹੜੀ ਪ੍ਰੈਕਟਿਸ ਕਰਾਈ ਗਈ ਸੀ ਔਰ ਜਿਹਦੇ ਵਿੱਚੋਂ ਗੁਰੂ ਦੇਵ ਮਹਾਰਾਜ ਨੇ ਲੋਕਾਂ ਨੂੰ ਕੱਢ ਲਿਆਂਦਾ, ਅਸੀਂ ਬੈਕ ਉੱਥੇ ਚਲੇ ਜਾਵਾਂਗੇ, ਉਨਾ ਹੀ ਮੁਕਤੀਆਂ ਦੇ ਝਾਂਸੇ ਵਿੱਚ ਫਸ ਜਾਵਾਂਗੇ। ਸਾਡੇ ਵੀ ਜੰਮਣੇ ਮਰਨੇ ਅਤੇ ਸਾਡੇ ਘਰਾਂ ਦੇ ਵਿੱਚ ਮ੍ਰਿਤਕ ਸੰਸਕਾਰ ਉਸੇ ਕਿਸਮ ਦੇ ਹੋਣ ਲੱਗ ਪੈਣਗੇ।
ਹੋ ਵੀ ਰਹੇ ਨੇ। ਇਹ ਸਾਰੇ ਤਰੀਕੇ ਤੁਸੀਂ ਵੇਖੋ ਸਾਡੇ ਘਰਾਂ 'ਚ ਤਕਰੀਬਨ ਵਾਪਰਦੇ ਨੇ। ਸਿੱਖ ਰਹਿਤ ਮਰਿਆਦਾ ਕੂਕ ਕੂਕ ਕੇ ਸਦਬਾਣੀ ਦੇ ਮੁਤਾਬਕ, ਅਲਾਣੀਆਂ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਕ ਪੁਕਾਰ ਕੇ ਸਿੱਖ ਨੂੰ ਕਹਿ ਰਹੀ ਹੈ ਕਿ ਤੁਸੀਂ ਭਰਮ ਨਾ ਪਾਲੋ। ਬੰਦਾ ਚੜ੍ਹਾਈ ਕਰ ਗਿਆ, ਬਸ ਉਹਦੀ ਸੰਭਾਲ ਕਰਨੀ ਹੈ। ਲਾਸਟ ਸਰੀਰ ਦੀ ਸਾਂਭ ਸੰਭਾਲ ਲਈ ਅਗਨ ਭੇਟ ਕਰਨਾ ਸਭ ਤੋਂ ਵਧੀਆ ਤਰੀਕਾ ਮੰਨਿਆ ਗਿਆ। ਹੋਰ ਤਰੀਕਿਆਂ ਨਾਲੋਂ, ਹੋਰ ਅਡੰਬਰਾਂ ਨਾਲੋਂ ਸੌਖਾ ਤਰੀਕਾ ਉਹਨੂੰ ਅਗਨ ਭੇਟ ਕਰ ਦੇਵੋ। ਔਰ ਉੱਥੇ ਇਹ ਨਹੀਂ ਲਿਖਿਆ ਹੱਡੀਆਂ ਚੁਣੋ, ਉੱਥੇ ਲਿਖਿਆ ਸਾਰਾ ਅੰਗੀਠਾ। ਅੰਗੀਠੇ ਵਿੱਚ ਸਾਰੀ ਸਵਾਹ ਹੁੰਦੀ ਹੈ, ਸਾਰਾ ਕੁਛ ਹੀ। ਉਹਦਾ ਸਾਰਾ ਅੰਗੀਠਾ ਸਮੇਟ ਕੇ ਲਾਗੇ ਵਗਦੀ ਹੋਈ ਨਹਿਰ ਦੇ ਵਿੱਚ ਵਹਾ ਦਿਵੋ। ਕੋਈ ਉਚੇਚ ਨਹੀਂ ਕਰਨੀ, ਕਿਸੇ ਥਾਂ 'ਤੇ ਨਹੀਂ ਜਾਣਾ, ਮੁਕਤੀ ਦਾ ਭਰਮ ਨਹੀਂ ਪਾਲਣਾ। ਐਡਾ ਸਰਲ ਕੀਤਾ ਗਿਆ ਹੈ, ਸੌਖੇ ਲਫਜ਼ਾਂ ਦੇ ਵਿੱਚ ਉਹਨਾਂ ਵਿੱਚ ਵਿਚਾਰਵਾਨਾਂ ਨੇ ਇਹ ਗੱਲ ਅੰਕਿਤ ਕੀਤੀ ਹੈ, ਪਰ ਪੜ੍ਹੇ ਕਿਹੜਾ ਅਤੇ ਮੰਨੇ ਕਿਹੜਾ। ਬੇਨਤੀ ਕਰ ਰਿਹਾ ਸਾਂ ਕਿ ਮਹਾਰਾਜ ਨੇ ਬਾਣੀ ਦੇ ਵਿੱਚ ਪਹਿਲਾਂ ਤਾਂ ਇਹ ਗੱਲ ਵੀ ਨਾਲ ਨਾਲ ਸਮਝਾਈ ਕਿ ਲੋਕ ਕਿਸ ਕਿਸਮ ਦੀਆਂ ਮੁਕਤੀਆਂ ਭਾਲ ਰਹੇ ਸਨ। ਕਬੀਰ ਜੀ ਦਾ ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਕੇ ਗਾਂ ਤੁਰਾਂ। ਉਸ ਵਿੱਚ ਕੁਝ ਭਰਮਾਂ ਦੀ ਉਹਨਾਂ ਨੇ ਲਿਸਟ ਰੱਖੀ ਹੈ ਔਰ ਆਖਿਆ ਕਿ ਇੱਦਾਂ ਮੁਕਤੀ ਨਹੀਂ ਮਿਲਿਆ ਕਰਦੀ। ਬੜਾ ਲੌਜਿਕ ਹੈ ਉਸ ਸ਼ਬਦ ਦੇ ਵਿੱਚ। ਉਸ ਵਿੱਚ ਕਬੀਰ ਸਾਹਿਬ ਨੇ ਆਖਿਆ, ਮੇਰੇ ਖਿਆਲ ਨਾਲ ਗੌੜੀ ਰਾਗ ਦਾ ਇਹ ਸ਼ਬਦ ਹੈ, ਕਬੀਰ ਜੀ ਨੇ ਆਖਿਆ, ਨਗਨ ਫਿਰਤ ਜੋ ਪਾਈ ਹੈ ਜੋਗ, ਬਨਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨੇ ਚੀਨਸ ਆਤਮ ਰਾਮ, ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈ ਆਕਾਈ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮ ਗਤ ਪਾਈ, ਕਹੋ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਬੜਾ ਪਿਆਰਾ ਸ਼ਬਦ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਕੱਪੜੇ ਲਾ ਦਈਏ ਅਤੇ ਅਸੀਂ ਪੈਰਾਂ ਵਿੱਚ ਜੁੱਤੇ ਵੀ ਨਾ ਪਾਈਏ, ਨੰਗੀ ਪੈਰ ਹੀ ਰਹੀਏ, ਇਹਦੇ ਨਾਲ ਮੁਕਤੀ ਮਿਲ ਜਾਏਗੀ ਸਾਨੂੰ। ਨਗਨ ਫਿਰਤ ਜੋ ਪਾਈਏ ਜੋਗ, ਬਨਕਾ ਮਿਰਗ। ਕਬੀਰ ਸਾਹਿਬ ਕਹਿੰਦੇ ਫਿਰ ਜੰਗਲ ਵਿੱਚ ਰਹਿੰਦੇ ਹੋਏ ਜਾਨਵਰ ਤੁਹਾਡੇ ਤੋਂ ਘੱਟ ਨੇ ਕਿਤੇ? ਉਹਨਾਂ ਨੇ ਕਦੀ ਕੱਪੜੇ ਨਹੀਂ ਪਾਏ ਅਤੇ ਪੈਰ ਥੱਲੇ ਕਦੀ ਚੱਪਲ ਜੁੱਤੀਆਂ ਨਹੀਂ ਪਾਈਆਂ। ਬਨਕਾ ਮਿਰਗ ਮੁਕਤ ਸਭ ਹੋਗ, ਉਹ ਤਾਂ ਫਿਰ ਸਾਰੇ ਮੁਕਤ ਹੋ ਜਾਣੇ ਚਾਹੀਦੇ ਸਨ। ਫਿਰ ਤੇ ਜਿਹੜੀ ਮੁਕਤੀ ਤੁਸੀਂ ਭਾਲਦੇ ਹੋ ਜਾਨਵਰਾਂ ਨੇ ਤਾਂ ਪਹਿਲਾਂ ਹੀ ਨੋਟ ਕਰਾਤੀ ਇਹਦਾ ਮਤਲਬ। ਫਿਰ ਕਬੀਰ ਸਾਹਿਬ ਨੇ ਆਖਿਆ, ਨਗਨ ਫਿਰਤ ਜੋ ਪਾਈ ਹੈ ਜੋਗ, ਬਨਕਾ ਮਿਰ ਮੁਕਤ ਸਭ ਹੋ, ਕਿਆ ਨਾਂਗੇ ਕਿਆ ਬਾਂਧੇ ਚਾਮ, ਇੱਦਾਂ ਨੰਗੇ ਰਿਹਾ ਜਾਂ ਉੱਤੇ ਚਮੜੇ ਦੇ ਵਸਤਰ ਪਾਇਆ, ਇਹਦੇ ਨਾਲ ਕੀ ਹੋ ਜਾਏਗਾ, ਇਹਦੇ ਨਾਲ ਤੁਹਾਡਾ ਕੀ ਸਵਰ ਜਾਏਗਾ। ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਆਤਮਾ ਦੇ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਤੱਕ ਤੁਸੀਂ ਧਿਆਨ 'ਚ ਨਹੀਂ ਰੱਖਦੇ, ਚੀਨਤ ਨਹੀਂ, ਆਪਣੇ ਆਪ ਨੂੰ ਫੋਲਦੇ ਨਹੀਂ, ਆਪਣੇ ਆਪੇ ਦੀ ਪਰਖ ਨਹੀਂ ਕਰਦੇ, ਕੀ ਬਣੇਗਾ ਇਹਨਾਂ ਗੱਲਾਂ ਨਾਲ। ਫਿਰ ਅਗਲੇ ਬੰਦ ਵਿੱਚ ਕਬੀਰ ਜੀ ਨੇ ਆਖਿਆ, ਕਹਿੰਦੇ ਮੂੰਡ ਮੁੰਡਾਏ ਜੋ ਸਿੱਧ ਪਾਈ। ਕੁਛ ਲੋਕ ਇੱਦਾਂ ਮੰਨਦੇ ਸਨ ਮੁਕਤੀ ਦਾ ਕਿ ਆਪਣੇ ਸਿਰ ਦੇ ਵਾਲ ਕਟਵਾ ਲਵੋ, ਜਿਵੇਂ ਜੈਨੀ ਧਰਮ। ਜੈਨ ਮਤ ਉਹ ਜਿਹੜੇ ਸਿਰ ਦੇ ਵਾਲ ਪਟਾਉਣ ਨੂੰ ਹੀ ਇਹ ਮੁਕਤੀ ਦਾ ਰਸਤਾ ਮੰਨੀ ਬੈਠੇ ਨੇ ਕਿ ਕਿਤੇ ਕੋਈ ਜੀਵ ਹੱਤਿਆ ਨਾ ਹੋ ਜਾਏ। ਕਬੀਰ ਸਾਹਿਬ ਕਹਿੰਦੇ ਨੇ ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈ ਆ ਕਾਈ। ਜਿਹੜੇ ਜਿਹੜੀਆਂ ਭੇਡਾਂ ਨੇ ਉਹਨਾਂ ਦੇ ਵੀ ਤਾਂ ਵਾਲ ਵੱਢੇ ਜਾਂਦੇ ਨੇ, ਕੱਟੇ ਜਾਂਦੇ ਨੇ, ਅਤੇ ਫਿਰ ਇੱਦਾਂ ਅਗਰ ਵਾਲ ਕਟਾਇਆ ਜਾਂ ਪਟਾਇਆ ਹੀ ਸਾਰਾ ਕੁਝ ਹੋਣਾ, ਅਤੇ ਫਿਰ ਉਹ ਭੇਡਾਂ ਨੂੰ ਕਿਉਂ ਨਹੀਂ ਮੁਕਤੀ ਮਿਲਦੀ? ਇਹ ਕਬੀਰ ਜੀ ਜੈਨੀ ਲੋਕਾਂ ਨੂੰ ਪ੍ਰੇਰਣਾ ਦੇ ਰਹੇ ਨੇ, ਸਮਝਾ ਰਹੇ ਨੇ ਇਸ ਪੱਖੋਂ ਕਿ ਇਹ ਕੋਈ ਜੀਵਨ ਮੁਕਤ ਦਾ ਤਰੀਕਾ ਨਹੀਂ ਹੈ। ਫਿਰ ਉਸ ਤੋਂ ਅਗਲੇ ਸ਼ਬਦ ਵਿੱਚ ਕਬੀਰ ਜੀ ਨੇ ਆਖਿਆ, ਬਿੰਦ ਰਾਖ ਜੋ ਤਰੀਏ ਭਾਈ। ਜਿਹੜੇ ਲੋਕ ਕਹਿੰਦੇ ਸਨ ਕਿ ਗ੍ਰਸਤੀ ਜੀਵਨ, ਫੈਮਿਲੀ ਵਿੱਚ ਜਾਣਾ, ਇਹ ਸਾਰਾ ਕੁਛ ਰੁਕਾਵਟ ਹੈ ਰੱਬ ਦੇ ਮਿਲਣ ਦੇ ਵਿੱਚ, ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਇੱਦਾਂ ਖੁਸਰਾ ਕਿਉਂ ਨਹੀਂ ਪਹੁੰਚ ਜਾਂਦਾ, ਉਹ ਤੇ ਮੁਕਤ ਹੋ ਜਾਣਾ ਚਾਹੀਦਾ ਸੀ। ਕਹੋ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਕਰਨ ਤੋਂ ਬਗੈਰ, ਭਾਵ ਉਹਦੇ ਗੁਣਾਂ ਨੂੰ ਅਪਣਾਉਣ ਤੋਂ ਬਗੈਰ, ਉਹਦੀ ਹੋਂਦ, ਉਹਦੇ ਹੁਕਮ, ਉਹਦੀ ਰਜ਼ਾ ਨੂੰ ਮੰਨਣ ਤੋਂ ਬਗੈਰ ਤੁਸੀਂ ਕਿਸ ਤਰ੍ਹਾਂ ਦੀ ਮੁਕਤੀ ਭਾਲ ਰਹੇ ਹੋ? ਇਹ ਸਾਰੇ ਵਿਚਾਰ ਸਿਧਾਂਤ ਤੁਸੀਂ ਲਾਂਭੇ ਕੀਤੇ ਹੋਏ ਨੇ ਔਰ ਭਰਮਾਂ ਦੇ ਸ਼ਿਕਾਰ ਹੋ ਕੇ ਮੁਕਤੀ ਲੱਭ ਰਹੇ ਹੋ। ਤੁਸੀਂ ਤਾਂ ਅਜੇ ਭਰਮਾਂ ਤੋਂ ਹੀ ਨਹੀਂ ਨਿਕਲੇ, ਅਗਿਆਨਤਾ ਦੇ ਵਿੱਚੋਂ ਹੀ ਮੁਕਤੀ ਨਹੀਂ ਮਿਲੀ, ਹੋਰ ਕਿਸ ਕਿਸਮ ਦੀ ਤੁਹਾਨੂੰ ਮੁਕਤੀ ਮਿਲ ਜਾਣੀ ਹੈ? ਸੋ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਪ੍ਰਚਲਿਤ ਜਿਹੜੀਆਂ ਮੁਕਤੀਆਂ ਦੀ ਪਰਿਭਾਸ਼ਾ ਸਨ ਉਹਨੂੰ ਰੱਦ ਕਰ ਦਿੱਤਾ, ਮੁੱਢੋਂ ਰੱਦ ਕਰ ਦਿੱਤਾ। ਔਰ ਗੁਰੂ ਸਾਹਿਬ ਜੀ ਨੇ ਸਾਨੂੰ ਨਾਲ ਹੀ ਇਹ ਗੱਲ ਵੀ ਸਮਝਾਈ ਫਿਰ ਅਸਲ ਮੁਕਤੀ ਕੀ ਹੈ। ਜਿਵੇਂ ਇਸੇ ਬਾਣੀ ਦੇ ਵਿੱਚੋਂ ਪ੍ਰਮਾਣ ਲੈ ਲਈ, ਮਹਾਰਾਜ ਨੇ ਆਖਿਆ, ਪ੍ਰਭ ਕੀ ਆਗਿਆ ਆਤਮ ਹਿਤਾਵੈ,
ਜੀਵਨ ਮੁਕਤ ਸੋ ਕਹਾਵੇ। ਗੁਰਬਾਣੀ ਗੁਰਮਤਿ ਦੇ ਮੁਤਾਬਕ ਹੈ ਜੀਵਨ ਮੁਕਤੀ, ਸਰੀਰ ਛੱਡ ਕੇ ਜਾਂ ਸਰੀਰ ਨਾਲ ਜੁੜੇ ਹੋਏ ਦੁੱਖ ਤਕਲੀਫ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਜਾਣਾ, ਇਸ ਨੂੰ ਬਾਣੀ ਨੇ ਮੁਕਤੀ ਦਾ ਰਾਹ ਨਹੀਂ ਮੰਨਿਆ। ਇਹ ਕੋਈ ਮੁਕਤੀ ਦਾ ਪੰਧ ਨਹੀਂ ਹੈ। ਬਾਣੀ ਕਹਿੰਦੀ ਜਿਉਂਦੇ ਜੀ ਪ੍ਰੈਜੈਂਟ ਵਿੱਚ ਹੋਣ, ਜਦੋਂ ਤੁਸੀਂ ਸਾਹ ਲੈ ਰਹੇ ਹੋ ਇੱਥੇ ਮੁਕਤ ਹੋਣਾ ਕੁਝ ਗੱਲਾਂ ਤੋਂ। ਕਿਹੜੀ ਕਿਹੜੀ ਚੀਜ਼ ਤੋਂ ਮੁਕਤ ਹੋਣਾ ਉਹ ਸਾਰੀ ਲਿਸਟ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਵੱਲੋਂ ਦਿੱਤੀ ਹੋਈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਕਿ ਪ੍ਰਭੂ ਮਾਲਕ ਵਾਹਿਗੁਰੂ ਦੀ ਜਿਹੜੀ ਆਗਿਆ ਹੈ ਨਾ, ਆਗਿਆ ਦਾ ਅਰਥ ਹੁੰਦਾ ਉਹਦਾ ਹੁਕਮ, ਉਹਦੀ ਪਾਲਣਾ ਕਰ ਲੈਣੀ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਖੁਸ਼ੀ ਦੇ ਨਾਲ ਉਹ ਗੱਲ ਨੂੰ ਕਬੂਲ ਕਰਨਾ। ਜੀਵਨ ਮੁਕਤ ਸੋ ਕਹਾਵੈ, ਜੀਵਨ ਵਿੱਚ ਬੰਦਾ ਮੁਕਤ ਉਹ ਹੀ ਕਹਾ ਸਕਦਾ। ਫਿਰ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਕਹਿੰਦੇ ਭਾਵੇਂ ਦੁੱਖ ਆਵੇ ਭਾਵੇਂ ਸੁੱਖ ਆਵੇ, ਉਹਦੇ ਵਿੱਚ ਉਹਦਾ ਬੈਲੈਂਸ ਬਣਿਆ ਰਹੇ, ਇਹ ਮੁਕਤ ਹੋਣ ਦੀ ਪਰਿਭਾਸ਼ਾ। ਗੁਰੂ ਮਹਾਰਾਜ ਨੇ ਇਹ ਨਹੀਂ ਆਖਿਆ ਕਿ ਦੁੱਖਾਂ 'ਚੋਂ ਮੁਕਤ ਹੋਵੋ, ਨਹੀਂ, ਮਹਾਰਾਜ ਕਹਿੰਦੇ ਸੁੱਖ ਤੋਂ ਵੀ ਮੁਕਤ ਹੋਵੋ। ਕਿਉਂਕਿ ਕਈ ਵਾਰੀ ਸੁੱਖ ਵੀ ਕਲਾ ਕਲੇਸ਼ ਦਾ ਕਾਰਨ ਬਣ ਜਾਂਦਾ। ਜ਼ਰੂਰੀ ਤਾਂ ਨਹੀਂ ਨਾ ਕਿ ਦੁੱਖ 'ਚ ਹੀ ਬੰਦਾ ਪਰੇਸ਼ਾਨ ਹੋ ਰਿਹਾ, ਸੁੱਖ ਵਿੱਚ ਵੀ ਬੜਾ ਤਕਲੀਫ ਵਿੱਚ ਚਲਾ ਜਾਂਦਾ ਬੰਦਾ। ਕਿਉਂਕਿ ਜਦੋਂ ਉਹਦੇ ਕੋਲ ਸਹੂਲਤਾਂ ਆਉਣਗੀਆਂ, ਸੁੱਖ ਸਹੂਲਤਾਂ ਆਉਣਗੀਆਂ, ਉਦੋਂ ਹੰਕਾਰੀ ਹੋ ਸਕਦਾ ਹੈ, ਆਪਣੇ ਭਰਾਵਾਂ ਨਾਲ ਭੈਣਾਂ ਨਾਲ ਵਿਗਾੜ ਪੈਦਾ ਕਰ ਸਕਦਾ ਹੈ, ਰਿਸ਼ਤੇਦਾਰਾਂ ਨੂੰ ਤੁੱਛ ਸਮਝ ਸਕਦਾ ਹੈ। ਸਮਾਜ ਵਿੱਚ ਤੁਰਦਾ ਹੋਇਆ ਉਹ ਬੰਦਾ ਧਰਤੀ ਤੋਂ ਉੱਪਰ ਹੋ ਕੇ ਤੁਰਨਾ ਚਾਹੁੰਦਾ ਹੈ, ਇਹ ਵੀ ਉਹਦੀ ਕਲਾ ਕਲੇਸ਼ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦਾ। ਮਹਾਰਾਜ ਕਹਿੰਦੇ ਦੋਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਪਏਗਾ, ਇਹ ਮੁਕਤੀ ਹੈ, ਜੀਵਨ ਮੁਕਤ। ਤੈਸਾ ਹਰਖ ਤੈਸਾ ਉਸ ਸੋਗ, ਸੋਗ ਦਾ ਅਰਥ ਗਮੀ, ਹਰਖ ਦਾ ਅਰਥ ਖੁਸ਼ੀ। ਖੁਸ਼ੀ ਆਵੇ ਤਾਂ ਵੀ ਠੀਕ ਹੈ, ਗਮੀ ਆਵੇ ਉੱਦਾਂ ਦਾ ਉੱਦਾਂ ਹੀ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹ ਨਹੀਂ ਕਿ ਅੱਜ ਚਾਰ ਛੱਲੜ ਆ ਗਏ ਅਤੇ ਛਾਲਾਂ ਮਾਰਨ ਲੱਗ ਪਿਆ, ਬੈਂਡ ਬਾਜੇ ਵਾਲਿਆਂ ਨੂੰ ਸੱਦ ਲਿਆ, ਅਤੇ ਕੱਲ੍ਹ ਜੇ ਕੋਈ ਭਾਣਾ ਵਾਪਰ ਗਿਆ ਤਾਂ ਉਹਦੀਆਂ ਧਾਵਾਂ ਨਹੀਂ ਰੁਕਦੀਆਂ, ਹੁਣ ਚੀਕਾਂ ਉਹਦੀਆਂ ਸਾਰੇ ਮੁਹੱਲੇ 'ਚ ਜਾਣਗੀਆਂ। ਮਹਾਰਾਜ ਕਹਿੰਦੇ ਇਹ ਕੋਈ ਇਨਸਾਨੀ ਕਦਰਾਂ ਕੀਮਤਾਂ ਦੀ ਸਾਂਭ ਨਹੀਂ ਹੈ, ਤੁਸੀਂ ਇਨਸਾਨਾਂ ਵਾਂਗਰ ਰਹੋ। ਜਦੋਂ ਕੁਛ ਆਉਂਦਾ ਤਾਂ ਵੀ ਉਹਦੀ ਰਜ਼ਾ ਮੰਨੋ, ਸ਼ੁਕਰ ਕਰੋ, ਅਤੇ ਜੇ ਕੁਝ ਜਾਂਦਾ ਤਾਂ ਤੁਸੀਂ ਕਹੋ ਜਿਸ ਕੀ ਬਸ ਤਿਸ ਆਗੇ ਰੱਖਿਆ, ਪ੍ਰਭ ਕੀ ਆਗਿਆ ਮਾਨੇ ਮਤ ਹੈ। ਤੁਸੀਂ ਇਹ ਗੱਲ ਕਹੋ ਕਿ ਪਰਾਈ ਅਮਾਨਤ ਕਿਉਂ ਰੱਖੀਏ, ਦਿੱਤੀ ਹੀ ਸੁੱਖ ਹੋਏ, ਜਿਹੜੀ ਚੀਜ਼ ਮਿਲੀ ਸੀ ਉਹ ਵੀ ਸਾਡੀ ਨਹੀਂ ਸੀ, ਜਿਹੜੀ ਲੈ ਗਏ ਉਹ ਵੀ ਅਸੀਂ ਪੈਦਾ ਨਹੀਂ ਸੀ ਕੀਤੀ। ਸੋ ਇਹ ਹੈ ਜੀਵਨ ਨੂੰ ਮੁਕਤ ਕਰਨ ਦਾ ਇੱਕ ਰਾਹ। ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਕਹਿੰਦੇ ਇਹ ਜਿਉਂਦੇ ਜੀ ਮੁਕਤ ਹੋਣ ਦੀ ਨਿਸ਼ਾਨੀ ਹੈ, ਉਸ ਬੰਦੇ ਦੀ ਪਹਿਚਾਣ ਹੈ ਜਿਹੜਾ ਮਾਨ ਅਤੇ ਅਭਿਮਾਨ ਨੂੰ ਇੱਕੋ ਜਿਹਾ ਹੀ ਸਮਝਦਾ। ਕੋਈ ਉਹਦੀ ਜ਼ਿਆਦਾ ਆਦਰ ਸਨਮਾਨ ਕਰੇ ਤਾਂ ਉਹ ਫੂਕ ਵਿੱਚ ਨਹੀਂ ਜਾਏਗਾ, ਉਹ ਕਹੇਗਾ ਠੀਕ ਹੈ ਇਹ ਗੁਣ ਕਿਹੜੇ ਮੇਰੇ ਨੇ, ਇਹ ਜਿਹੜਾ ਗਿਆਨ ਹੈ ਗੁਣ ਇਹ ਕਿਹੜੇ ਮੇਰੇ ਨੇ, ਮੈਂ ਤਾਂ ਇਸ ਕੁਦਰਤ ਵਿੱਚੋਂ ਹੀ ਆ ਕੇ ਲਏ ਨੇ। ਲੋਕ ਉਹਨੂੰ ਜ਼ਿਆਦਾ ਫੂਕ ਚੁਕਾਉਣ ਦੀ ਕੋਸ਼ਿਸ਼ ਕਰਨਗੇ, ਉਹ ਹਵਾ 'ਚ ਨਹੀਂ ਜਾਏਗਾ, ਬੈਲੈਂਸ ਵਿੱਚ ਹੀ ਰਹੇਗਾ। ਅਤੇ ਜੇ ਕੱਲ੍ਹ ਕੋਈ ਉਹਦੀ ਖਿਲਾਫੀਤ ਕਰਨ ਲੱਗ ਪਿਆ, ਉਹਦੀ ਨਿੰਦਾ ਹੋਣ ਲੱਗ ਪਈ, ਉਹਦੇ ਸਤਿਕਾਰ ਆਦਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਕੋਈ ਫਰਕ ਨਹੀਂ ਪੈਣਾ। ਉਹਨੇ ਕਹਿਣਾ ਜਿਹੜੀ ਸੱਚ ਵਿਚਾਰ ਰਾਹ 'ਤੇ ਤੁਰਿਆ ਤੁਸੀਂ ਮੇਰੀ ਖਿਲਾਫੀਤ ਕਰ ਰਹੇ ਹੋ, ਇਹ ਕਿਹੜਾ ਮੈਂ ਬਣਾਇਆ, ਇਹ ਕਿਹੜਾ ਮੇਰੀ ਕਾਢ ਹੈ, ਮੈਂ ਕਿਹੜਾ ਸੱਚ ਨੂੰ ਪੈਦਾ ਕੀਤਾ, ਇਸ ਕਰਕੇ ਉਹਨੂੰ ਕੋਈ ਫਰਕ ਨਹੀਂ ਪੈਣਾ। ਇਹ ਹੈ ਜੀਵਨ ਮੁਕਤ ਬੰਦੇ ਦੀ ਪਛਾਣ ਬਾਣੀ ਦੇ ਅਕੋਰਡਿੰਗ। ਸੋ ਮਹਾਰਾਜ ਨੇ ਇਸ ਪਦੇ ਵਿੱਚ ਕਿਹਾ, ਕਹਿੰਦੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਜਿਹੜਾ ਕਰਤੇ ਵਾਹਿਗੁਰੂ 'ਤੇ ਅਕੀਦਾ ਰੱਖਦਾ, ਉਹਦੇ ਗੁਣਾਂ 'ਤੇ ਵਿਸ਼ਵਾਸ ਰੱਖਦਾ, ਉਹਦੇ ਲਈ ਮੁਕਤੀ ਦੀ ਜੁਗਤ ਹੀ ਇਹ ਹੈ, ਉਹਦੇ ਲਈ ਰਾਹ ਹੀ ਇਹ ਹੈ। ਉਹ ਬਹੁਤੇ ਝਮੇਲਿਆਂ 'ਚ ਨਹੀਂ ਪੈਂਦਾ, ਉਹ ਬਹੁਤੇ ਭਰਮਾਂ ਦੀ ਪੰਡ ਸਿਰ 'ਤੇ ਨਹੀਂ ਚੁੱਕਦਾ। ਉਹ ਕਹਿੰਦਾ ਸੌਖਾ ਤਰੀਕਾ ਬਸ ਮੇਰੇ ਲਈ ਇਹੀ ਹੈ, ਰਜਾ ਵਿੱਚ ਰਾਜੀ ਰਹਿਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਕੋਈ ਹੁਕਮ ਤੇਰੇ ਲਈ ਵੱਖਰਾ ਨਹੀਂ ਬਣਿਆ, ਸਦੀਆਂ ਤੋਂ ਜਦੋਂ ਤੋਂ ਇਹ ਕੁਦਰਤ ਬਣੀ ਹੈ ਨਾਲ ਹੀ ਇਹ ਹੁਕਮ ਨਿਯਮ ਸਥਾਪਿਤ ਹੋਇਆ ਹੋਇਆ ਹੈ, ਬਸ ਉਹਨੂੰ ਸਮਝਣ ਦੀ ਲੋੜ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਏ, ਉਹਨੂੰ ਬੁੱਝਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਔਰ ਇਹ ਜਿਉਣਾ ਐਡਾ ਸੌਖਾ ਨਹੀਂ ਹੈਗਾ, ਅਸੀਂ ਸਿਰਫ ਜਿਉਣਾ, ਜਿਉਣ ਦੀ ਸਾਡੀ ਡੈਫੀਨੇਸ਼ਨ ਪਤਾ ਕੀ, ਚੰਗੇ ਕੱਪੜੇ ਪਾ ਲੈਣੇ, ਖਾ ਹੰਢਾ ਲੈਣਾ,
ਚੰਗੀਆਂ ਕਾਰਾਂ ਅਤੇ ਕੋਠੀਆਂ 'ਚ ਰਹਿ ਲੈਣਾ ਅਸੀਂ ਕਹਿੰਦੇ ਇਹ 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 ਵਧੀਆ ਜ਼ਿੰਦਗੀ ਹੈ, ਇਸੇ ਨੂੰ ਜਿਉਣਾ ਮੰਨਦੇ ਹਾਂ ਆਪਾਂ। ਤਾਂ ਸਾਡਾ ਸਾਰਾ ਮਟੀਰੀਅਲ 'ਤੇ ਡਿਪੈਂਡ ਹੈ ਸਾਡਾ ਜੀਵਨ, ਜਦੋਂ ਉਹਦੇ 'ਚ ਘਾਟੇ ਹੁੰਦੇ ਨੇ ਤਾਂ ਫਿਰ ਪਰੇਸ਼ਾਨੀ ਨਹੀਂ ਮੁੱਕਦੀ, ਦੁੱਖ ਨਹੀਂ ਮੁੱਕਦਾ, ਰੋਣਾ ਨਹੀਂ ਮੁੱਕਦਾ, ਸਾਡਾ ਜੀਵਨ ਡਿਪੈਂਡ ਇਹਨਾਂ ਗੱਲਾਂ 'ਤੇ। ਮਹਾਰਾਜ ਕਹਿੰਦੇ ਜੇ ਇਹ ਗੱਲ ਸਮਝ ਆ ਜਾਏ ਕਿ ਇਹ ਸਹੂਲਤਾਂ ਮਿਲ ਰਹੀਆਂ ਨੇ ਤਾਂ ਵੀ ਠੀਕ ਹੈ, ਮਾਣ ਲਓ ਸਹੂਲਤਾਂ ਕੋਈ ਗੱਲ ਨਹੀਂ, ਪਰ ਜੇ ਜਾਣਗੀਆਂ ਅਤੇ ਜੇ ਉਹਨੂੰ ਇਹ ਪਤਾ ਹੋਏਗਾ ਨਾ ਇਹਦੇ ਲਈ ਪ੍ਰਪੇਅਰ ਹੋਏਗਾ ਕਿ ਇਹ ਫੜੀਆਂ ਨਹੀਂ ਜਾ ਸਕਦੀਆਂ, ਇਹ ਰੱਖੀਆਂ ਨਹੀਂ ਜਾ ਸਕਦੀਆਂ। ਇੱਕ ਦਿਨ ਮੈਂ ਇਹ ਗੱਲ ਦੀ ਸਾਂਝ ਕੀਤੀ ਸੀ ਕਿ ਜੇ ਧੁੱਪ ਤੋਂ ਬੰਦਾ ਪਰੇਸ਼ਾਨ ਹੈ, ਤਰਾਹ ਉੱਠਿਆ ਕਿ ਧੁੱਪ ਪੈ ਰਹੀ ਹੈ, ਸਿਰ 'ਤੇ ਸੂਰਜ ਤਪ ਰਿਹਾ, ਅਤੇ ਉਹ ਬੰਦਾ ਘੜੀ ਅਗਰ ਛਾਂ ਬਹਿ ਜਾਵੇ, ਜਾ ਕੇ 2 ਮਿੰਟ ਛਾਵੇਂ ਬਹਿ ਜਾਵੇ ਅਤੇ ਉਹਨੂੰ ਸਕੂਨ ਮਿਲੇਗਾ। ਪਰ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਛਾਂ ਦਾ ਵੀ ਸਮਾਂ ਹੈ, ਕੋਈ ਲਿਮਿਟ ਹੈ, ਇਹਨੇ ਰਹਿਣਾ ਨਹੀਂ, ਛਾਂ ਸਦਾ ਥੋੜ੍ਹੀ ਰਹੇਗੀ। ਜੇ ਉਹ ਕਹੇਗਾ ਕਿ ਮੈਂ ਛਾਂ ਨੂੰ ਡੱਬੇ 'ਚ ਪਾ ਕੇ ਘਰ ਲੈ ਜਾਵਾਂ, ਮੈਂ ਛਾਂ ਨੂੰ ਕੰਟਰੋਲ 'ਚ ਕਰ ਲਵਾਂ, ਨਹੀਂ ਹੋ ਸਕਦੀ ਇਹ ਗੱਲ, ਇਹ ਇਹ ਗੈਰ ਕੁਦਰਤੀ ਗੱਲ ਹੋਏਗੀ, ਇਹ ਗੈਰ ਵਾਜਬ ਗੱਲ ਹੋਏਗੀ। ਜੋ ਵਾਜਬ ਹੈ ਉਹਦੇ ਲਈ ਉਹਨੂੰ ਪ੍ਰਪੇਅਰ ਰਹਿਣਾ ਚਾਹੀਦਾ। ਫਿਰ ਇਸ ਤਰ੍ਹਾਂ ਗੁਰੂ ਦੇਵ ਮਹਾਰਾਜ ਨੇ ਆਖਿਆ ਕਿ ਇਹ ਬੰਦੇ ਦੇ ਸੋਚ 'ਤੇ ਡਿਪੈਂਡ ਕਰਦਾ, ਉਹਦੀ ਸੋਚ ਕਿੰਨੀ ਕੁ ਤਿਆਰੀ ਦੇ ਵਿੱਚ ਹੈ, ਕਿੰਨਾ ਕੁ ਪ੍ਰਪੇਅਰ ਹੈ, ਤਮਾਮ ਗੁਨਾਹਾਂ ਅਵਗੁਣਾਂ ਦੇ ਵਿੱਚੋਂ ਦੀ ਉਹ ਨਿਰਲੇਪ ਹੋ ਰਿਹਾ, ਇਹਦਾ ਮਤਲਬ ਕਿ ਉਹ ਜੀਵਨ ਨੂੰ ਮੁਕਤੀ ਦੇ ਰਾਹ ਪਾ ਰਿਹਾ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਮਹਾਰਾਜ ਨੇ ਆਖਿਆ ਕਿ ਉਹ ਜਨ, ਉਹ ਸੇਵਾਦਾਰ, ਉਹ ਪਿਆਰ ਵਾਲਾ ਤ੍ਰਿਪਤ ਭੁਗਤ, ਭੁਗਤ ਦਾ ਅਰਥ ਹੁੰਦਾ ਭੁਗਤਣਾ, ਖਾਣਾ, ਵਰਤਣਾ, ਸਹੂਲਤਾਂ ਮਾਣਨੀਆਂ, ਇਸ ਪੱਖੋਂ ਵੀ ਉਹ ਤ੍ਰਿਪਤ ਹੋਇਆ ਹੁੰਦਾ, ਉਹਦੀ ਭੁੱਖ ਦੂਰ ਹੋਈ ਹੁੰਦੀ ਹੈ, ਉਹ ਲਾਲਚੀ ਕਿਸਮ ਦਾ ਨਹੀਂ ਰਹਿ ਜਾਂਦਾ। ਇਹ ਨਹੀਂ ਹੈਗਾ ਕੋਈ ਉਹਨੂੰ ਕੋਈ ਔਫਰ ਕਰੇ, ਕੋਈ ਛਿੱਲੜ ਚਾਰ ਵਿਖਾਵੇ ਅਤੇ ਉਹਦੀ ਜ਼ਮੀਰ ਖਰੀਦ ਲਵੇ, ਉਹ ਬੜਾ ਰੱਜਿਆ ਜਿਹਾ ਹੋਏਗਾ। ਉਹ ਕੱਖਾਂ ਦੀ ਕੁੱਲੀ ਦੇ ਵਿੱਚ ਰਹਿ ਕੇ ਸਧਾਰਨ ਜਿਹੇ ਕੱਪੜੇ ਪਾ ਕੇ ਵੀ ਉਹ ਬੜਾ ਰੱਜਿਆ ਜਿਹਾ ਮਹਿਸੂਸ ਕਰ ਰਿਹਾ ਹੋਏਗਾ ਆਪਣੇ ਆਪ ਦੇ ਵਿੱਚ, ਉਹਨੂੰ ਕਿਉਂਕਿ ਦਿਖਾਵੇ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ। ਇਤਿਹਾਸ ਵਿੱਚ ਇਹ ਪੜ੍ਹਨ ਨੂੰ ਮਿਲਿਆ ਹੈ, ਜਿਹੜਾ ਹੁਣ ਨਵੀਨ ਇਤਿਹਾਸ ਹੀ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਕਰਨ ਗ੍ਰਾਮਰ ਦੇ ਅਕੋਰਡਿੰਗ ਅਰਥ ਕੀਤੇ ਨਾ, ਪ੍ਰੋਫੈਸਰ ਸਾਹਿਬ ਸਿੰਘ ਜੀ, ਉਹਨਾਂ ਦੀ ਜੀਵਨੀ ਪੜ੍ਹਦੇ ਇੱਕ ਗੱਲ ਸਾਹਮਣੇ ਆਈ ਕਿ ਜਦੋਂ ਉਹਨਾਂ ਨੂੰ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਦੇਣੀ ਸੀ ਯੂਨੀਵਰਸਿਟੀ ਨੇ, ਉਹਨਾਂ ਨੂੰ ਸੱਦਣਾ ਸੀ, ਬੜੇ ਅਵਲ ਦਾਨੇ ਬੰਦੇ ਹੋਏ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ, ਭਾਵੇਂ ਉਹਨਾਂ ਦਾ ਬੈਕਗ੍ਰਾਊਂਡ ਹਿੰਦੂ ਪਰਿਵਾਰ ਨਾਲ ਸੰਬੰਧਿਤ ਰਿਹਾ ਹੈ, ਨੱਥੂ ਰਾਮ ਉਹਨਾਂ ਦਾ ਨਾਮ ਸੀ, ਰਮਲਾ ਉਹਨਾਂ ਦੇ, ਕਿਉਂਕਿ ਭੈਣ ਭਰਾ ਬਚਦੇ ਨਹੀਂ ਸਨ ਜਨਮੇ, ਇਹ ਬਚ ਗਏ ਅਤੇ ਇਸ ਕਰਕੇ ਨੱਕ 'ਚ ਨੱਥ ਪਾਏਗੀ, ਇਉਂ ਘਰ ਵਾਲੇ ਭਰਮ ਮੰਨਦੇ ਹੋਣਗੇ। ਪਰ ਹੌਲੀ ਹੌਲੀ ਜਿਉਂ ਜਿਉਂ ਉਹਨਾਂ ਨੇ ਸੰਗਤ ਕੀਤੀ, ਸਿੱਖ ਫੌਜੀਆਂ ਨੂੰ ਵੇਖਿਆ, ਗੁਰਦੁਆਰੇ ਨੂੰ ਆਏ, ਇਸ ਰਾਹ ਨੂੰ ਜਦੋਂ ਪਏ ਨਾ, ਬਾਣੀ ਪੜ੍ਹਨ ਦਾ ਉਹਨਾਂ ਦਾ ਨਜ਼ਰੀਆ ਵੱਖਰਾ ਬਣਿਆ। ਅੱਜ ਤੱਕ ਦਾ ਰਿਕਾਰਡ ਹੈ ਕਿ ਜਿਹੜੇ ਨਵੇਂ ਵੀ ਅਰਥ ਕਰਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦਾ ਬੇਸ ਪ੍ਰੋਫੈਸਰ ਸਾਹਿਬ ਸਿੰਘ ਹੁੰਦਾ, ਆਧਾਰ ਉਹ ਹੁੰਦਾ। ਪ੍ਰੋਫੈਸਰ ਸਾਹਿਬ ਸਿੰਘ ਬੜੇ ਸਧਾਰਨ ਜ਼ਿੰਦਗੀ ਜਿਉਣ ਵਾਲੇ ਸਨ। ਜਦੋਂ ਉਹਨਾਂ ਨੂੰ ਯੂਨੀਵਰਸਿਟੀ ਨੇ ਲੈਟਰ ਭੇਜਿਆ ਕਿ ਤੁਸੀਂ ਆਓ, ਤੁਹਾਨੂੰ ਸਨਮਾਨਿਤ ਕੀਤਾ ਜਾਣਾ ਹੈ, ਕਿਉਂਕਿ ਉਹਨਾਂ ਨੇ ਇਹਦੇ ਉੱਤੇ ਇੱਕ PhD ਕਹਿ ਲਓ ਕਰ ਲਈ, ਡਾਕਟਰ ਆਫ ਲਿਟਰੇਚਰ, ਉਹਨਾਂ ਨੂੰ ਜਦੋਂ ਇਹ ਮਾਣ ਸਨਮਾਨ ਦੇਣਾ ਸੀ ਤਾਂ ਬਹੁਤ ਵੱਡਾ ਇਕੱਠ ਹੁੰਦਾ ਸੀ ਉੱਥੇ, ਕਿ ਬਾਕੀਆਂ ਨੂੰ ਵੀ ਸੱਦਿਆ ਗਿਆ ਹੈ, ਖਾਸ ਬੰਦੇ ਸੱਦੇ ਜਾਂਦੇ ਸਨ। ਜਦੋਂ ਉਹਨਾਂ ਨੇ ਜਾਣਾ ਤਾਂ ਬੜੇ ਉਹਨਾਂ ਨੇ ਜਿੱਦਾਂ ਦੇ ਕੱਪੜੇ ਘਰ ਪਾਉਂਦੇ ਸਨ, ਉਹਨਾਂ ਨੇ ਸਿੰਪਲ ਜਿਹੇ ਕੱਪੜੇ ਪਾ ਕੇ ਤੁਰ ਪਏ, ਅਤੇ ਘਰ ਵਾਲਿਆਂ ਨੇ ਆਖਿਆ ਹੱਦ ਹੋ ਗਈ, ਅਖਬਾਰਾਂ 'ਚ ਫੋਟੋਆਂ ਆਉਣਗੀਆਂ, ਮੀਡੀਆ ਵਾਲੇ ਆਉਣਗੇ, ਉੱਥੇ ਚੰਗੇ ਪਤਵੰਤੇ ਸਰਕਾਰੀ ਬੰਦੇ ਬੈਠੇ ਹੋਣੇ ਨੇ, ਤੁਹਾਨੂੰ ਮਾਣ ਸਨਮਾਨ ਦਿੱਤਾ ਜਾਣਾ, ਤੁਸੀਂ ਇਹ ਕੀ ਬਣ ਕੇ ਚੱਲੇ ਹੋ? ਪ੍ਰੋਫੈਸਰ ਸਾਹਿਬ ਕਹਿੰਦੇ ਮੈਨੂੰ ਇੱਕ ਗੱਲ ਦੱਸੋ, ਉਹਨਾਂ ਨੇ ਇਹ ਸਨਮਾਨ ਮੈਨੂੰ ਦੇਣਾ ਜਾਂ ਮੇਰੇ ਕੱਪੜਿਆਂ ਨੂੰ ਦੇਣਾ? ਜੇ ਤਾਂ ਕੱਪੜਿਆਂ ਨੂੰ ਦੇਣਾ ਤਾਂ ਫਿਰ ਤਾਂ ਬਾਜ਼ਾਰ ਵਿੱਚ ਬੜੇ ਚੰਗੇ ਚੰਗੇ ਕੱਪੜੇ ਟੰਗੇ ਹੋਏ ਨੇ, ਤੁਸੀਂ ਕਿਸੇ ਦੁਕਾਨ 'ਚ ਵੜ ਜਾਓ, ਉੱਥੇ ਚੰਗੇ ਚੰਗੇ ਕੱਪੜੇ ਟੰਗੇ ਹੋਏ ਨੇ, ਪਰ ਉਹਨਾਂ ਕੱਪੜਿਆਂ ਨੂੰ ਤਾਂ ਨਹੀਂ ਨਾ ਕੋਈ ਪੁੱਛਦਾ, ਪੁੱਛਦਾ ਤਾਂ ਬੰਦੇ ਦੇ ਗੁਣਾਂ ਨੂੰ ਹੀ ਹੈ। ਕਦਰ ਤਾਂ ਹੁੰਦੀ ਹੈ ਬੰਦੇ ਦੇ ਕਿਰਦਾਰ ਦੀ, ਜੀਵਨ ਦੀ, ਉਹ ਕਹਿੰਦੇ ਇਹਦੇ ਨਾਲ ਕੋਈ ਤਲਕ ਨਹੀਂ ਹੈਗਾ, ਉਹ ਉੱਦਾਂ ਹੀ ਗਏ ਸਨ। ਤੁਸੀਂ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਪੜ੍ਹ ਕੇ ਵੇਖ ਲਓ, ਉਹ ਕਿੱਡੀ ਸਧਾਰਨ ਜ਼ਿੰਦਗੀ ਦੇ ਵਿੱਚ ਰਹੇ ਨੇ। ਸੋ ਬੇਨਤੀ ਮੈਂ ਇਹ ਕਰ ਰਿਹਾ ਕਿ ਜਿਹੜਾ ਬੰਦਾ ਕਰਤੇ ਦੇ ਹੁਕਮ ਨੂੰ, ਨਿਜ਼ਾਮ ਨੂੰ ਕਬੂਲ ਕਰਦਾ ਨਾ, ਉਹ ਰੱਜਿਆ ਜਿਹਾ ਹੋਏਗਾ ਹਮੇਸ਼ਾ।
ਉਹਦੀ ਭੁੱਖ ਖਤਮ ਹੋਈ ਹੋਏਗੀ ਹਰ ਪਾਸਿਓਂ। ਮਹਾਰਾਜ ਕਹਿੰਦੇ ਹਰ ਕਾ ਨਾਮ ਜਨਕਾ ਰੂਪ ਰੰਗ, ਅਤੇ ਜਿਹੜਾ ਉਹਦੇ ਨਾਮ ਉਹਦੀ ਹੋਂਦ ਨੂੰ ਕਬੂਲ ਕਰਦਾ ਨਾ, ਉਹਦੇ ਗੁਣਾਂ ਨੂੰ ਮਾਣਦਾ, ਅਸਲ ਦੇ ਵਿੱਚ ਸੋਹਣਾ ਬੰਦਾ ਵੀ ਉਹੀ ਹੈ। ਰੂਪ ਰੰਗ ਉਹਦੀ ਸੁਹੱਪਣਤਾ ਜਿਹੜੀ ਹੈ ਨਾ, ਸੁੰਦਰਤਾ ਜਿਹੜੀ ਹੈ, ਉਹ ਕੁਛ ਡਿਫਰੈਂਟ ਹੋਏਗੀ ਦੁਨੀਆਂ ਦੇ ਵਿੱਚ। ਉਹ ਗੁਣਾਂ ਦੀ ਵਡਿਆਈ ਹਾਸਲ ਕਰ ਰਿਹਾ ਹੋਏਗਾ। ਇੱਕ ਸ਼ਬਦ ਹੁੰਦਾ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ, ਉੱਥੇ ਗੁਰੂ ਸਾਹਿਬ ਨੇ ਆਖਿਆ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਪੰਜ ਸੱਤ ਚੀਜ਼ਾਂ ਗਣਾਈਆਂ ਮਹਾਰਾਜ ਨੇ, ਔਰ ਇਹ ਤੋਂ ਅਗਲੀ ਪੰਕਤੀ ਦੇ ਵਿੱਚ ਫਿਰ ਉਹਦਾ ਨਿਰਣਾ ਕੱਢ ਦਿੱਤਾ। ਅਤ ਦਾ ਅਰਥ ਹੁੰਦਾ ਅਤ ਦਾ, ਉਸ ਤੋਂ ਵੱਧ ਕੋਈ ਹੋ ਨਾ ਸਕੇ। ਅਤ ਸੁੰਦਰ, ਅਤ ਦਾ ਸੋਹਣਾ ਹੋਵੇ, ਕੁਲੀਨ ਚੰਗੀ ਕੁੱਲ ਵਾਲਾ ਹੋਵੇ, ਕਿਉਂਕਿ ਸਾਡਾ ਸਮਾਜ ਇਹਨਾਂ ਗੱਲਾਂ ਨੂੰ ਹੀ ਪ੍ਰਮਾਣਤਾ ਦਿੰਦਾ। ਜਾਂ ਤਾਂ ਬੰਦਾ ਬਹੁਤ ਸੋਹਣਾ ਹੋਵੇ ਤਾਂ ਉਹਦੀ ਤਾਰੀਫ ਹੋਏਗੀ, ਅਤੇ ਜਾਂ ਉੱਚੀ ਕੁੱਲ ਦਾ ਬੰਦਾ ਹੋਵੇ ਤਾਂ ਉਹਦਾ ਮਾਣ ਹੁੰਦਾ, ਬੜੀ ਉੱਚੀ ਕੁੱਲ ਦਾ ਬੰਦਾ, ਇਹਦੀ ਕੁੱਲ ਬੜੀ ਉੱਚੀ ਹੈ। ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ, ਅਤ ਕੁਲੀਨ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਅਤੇ ਜਾਂ ਉਹ ਸਿਆਣਾ ਹੋਵੇ ਤਾਂ ਵੀ ਵਡਿਆਈ ਸਮਾਜ ਦਿੰਦਾ। ਚਤੁਰ ਮੁੱਖ ਗਿਆਨੀ, ਮੁੱਖ ਤੋਂ ਗਿਆਨਵਾਨ ਬੜਾ ਹੋਵੇ ਤਾਂ ਵੀ ਵਡਿਆਈ ਹੈ। ਮਹਾਰਾਜ ਕਹਿੰਦੇ ਧਨਵੰਤ ਜਾਂ ਪੈਸੇ ਵਾਲਾ ਹੋਵੇ। ਇਹੀ ਕੁਛ ਹੈ ਸਮਾਜ ਦੇ ਵਿੱਚ ਆਦਰ ਅਤੇ ਸਨਮਾਨ ਦੇ ਆਧਾਰ। ਜਾਂ ਤਾਂ ਉਹ ਫਾਈਨੈਂਸ਼ਲੀ ਲੈਵਲ 'ਤੇ ਬੜਾ ਉੱਚਾ ਹੋਵੇ, ਕੁੱਲ ਕਰਕੇ ਹੋਵੇ, ਜਾਂ ਸੋਹਣੇ ਕਰਕੇ ਹੋਵੇ, ਜਾਂ ਲਿਟਰੇਚਰ ਉਹਨੇ ਬਹੁਤ ਪੜ੍ਹਿਆ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਮਹਾਰਾਜ ਕਹਿੰਦੇ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਪੈਦਾ ਕਰਨ ਵਾਲਾ ਹੀ ਅਗਰ ਉਹਨੂੰ ਭੁੱਲਿਆ ਹੋਇਆ ਨਾ, ਸਿਰਜਣਹਾਰ ਉਹ ਕਰਤਾਰ ਹੀ ਉਹਦੀ ਸੋਚ ਮੰਡਲ ਵਿੱਚੋਂ ਮਨਫੀ ਹੋਇਆ ਪਿਆ, ਮਹਾਰਾਜ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਮੁਰਦੇ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ, ਮ੍ਰਿਤਕ ਕਹੀਏ ਨਾਨਕ। ਸਮਾਜ ਉਹਨੂੰ ਕਿੱਦਾਂ ਵੇਖਦਾ ਇੱਕ ਵੱਖਰੀ ਗੱਲ ਹੈ, ਕਿਉਂਕਿ ਉਹ ਜ਼ਮੀਰੋਂ ਅੰਦਰੋਂ ਦੀ ਮਰਿਆ, ਬਾਹਰੋਂ ਸਰੀਰਕ ਪੱਧਰ 'ਤੇ ਉਚਾਈਆਂ ਨੇ ਬਸ ਉਹਦੀਆਂ। ਸੋ ਗੁਰੂ ਮਹਾਰਾਜ ਨੇ ਜਿਹੜੇ ਬਾਣੀ 'ਚ ਰੂਪ ਰੰਗ ਦੀ ਗੱਲ ਕੀਤੀ ਹੈ, ਇਹ ਗੁਣਾਂ ਦੀ ਤਾਰੀਫ ਪੱਖੋਂ ਕੀਤੀ ਹੈ। ਹਰ ਕਾ ਨਾਮ ਜਨਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨਾ ਭੰਗ। ਭੰਗ ਕਹਿੰਦੇ ਨੇ ਰੁਕਾਵਟ। ਜੀਵਨ ਸਫ਼ਰ ਦੇ ਵਿੱਚ ਕੋਈ ਰੁਕਾਵਟ, ਕੋਈ ਪਰੇਸ਼ਾਨੀ, ਕੋਈ ਪ੍ਰੋਬਲਮ ਨਹੀਂ ਆ ਰਹੀ ਹੁੰਦੀ। ਛੋਟੀਆਂ ਮੋਟੀਆਂ ਸਮੱਸਿਆਵਾਂ ਨੂੰ ਤਾਂ ਉਹ ਇਗਨੋਰ ਹੀ ਕਰਕੇ ਚੱਲਦੇ ਨੇ, ਉਹ ਕਹਿੰਦੇ ਨੇ ਫਿਰ ਕੀ ਹੈ, ਅਤੇ ਸਾਰਿਆਂ ਦੀ ਲਾਈਫ 'ਚ ਹੀ ਆਉਂਦੀਆਂ ਨੇ। ਮੇਰੀ ਜ਼ਿੰਦਗੀ ਥੋੜ੍ਹੀ ਇੱਦਾਂ ਹੈ, ਸਾਰਿਆਂ ਦੇ ਜੀਵਨ ਦੇ ਵਿੱਚ ਇੱਦਾਂ ਹੁੰਦਾ। ਮੈਂ ਜਾਣਿਆ ਦੁੱਖ ਬੁੱਝ ਕੋ, ਦੁੱਖ ਸਭਾਇਆ ਜੱਗ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕਿਹੜਾ ਘਰ ਇਹੋ ਜਿਹਾ ਜਿੱਥੇ ਪ੍ਰੋਬਲਮ ਨਹੀਂ ਆਉਂਦੀਆਂ, ਜੀਵਨ ਦੇ ਵਿੱਚ ਸਮੱਸਿਆਵਾਂ ਅਤੇ ਰੁਕਾਵਟਾਂ ਨਹੀਂ ਆਉਂਦੀਆਂ, ਪਰ ਉਹ ਰੁਕਾਵਟਾਂ ਨੂੰ ਸਰ ਕਰ ਜਾਂਦਾ, ਤੈਰ ਕਰ ਜਾਂਦਾ, ਉਹ ਰੁਕਦਾ ਨਹੀਂ। ਉਹ ਉੱਥੇ ਖੜ ਕੇ ਆਪਣੇ ਜੀਵਨ ਵਿੱਚ ਨਿਰਾਸ਼ਤਾ ਲੈ ਕੇ ਨਹੀਂ ਆਉਂਦਾ, ਉਹ ਲਾਂਭਿਆਂ 'ਚ ਨਹੀਂ ਪੈਂਦਾ, ਉਹ ਸੁਰਖਰੂ ਹੋ ਕੇ ਚੱਲਦਾ ਉੱਥੇ ਵੀ। ਗੁਰਦੇਵ ਮਹਾਰਾਜ ਨੇ ਅੱਗੇ ਆਖਿਆ, ਕਹਿੰਦੇ ਹਰ ਕਾ ਨਾਮ ਜਨਕੀ ਵਡਿਆਈ। ਉਸ ਜਨ ਦੀ, ਪਿਆਰ ਵਾਲੇ ਦੀ ਜਿਹੜੀ ਵਡਿਆਈ ਹੈ ਨਾ, ਉਹ ਪ੍ਰਭੂ ਮਾਲਕ ਦੇ ਨਾਮ ਕਰਕੇ ਹੀ ਹੈ। ਕਿਉਂਕਿ ਜਿੱਦਾਂ ਲੋਕ ਰੱਬ ਨੂੰ ਮਾਨਤਾ ਦਿੰਦੇ ਨੇ, ਰੱਬ ਨੂੰ ਮੰਨਦੇ ਨੇ, ਉਹਦੇ ਪਿਆਰ ਵਾਲੇ ਨੂੰ ਵੀ ਉੱਦਾਂ ਮਾਨਤਾ ਦਿੰਦੇ ਨੇ, ਉਹਦੀ ਵਡਿਆਈ ਹੈ ਇਸ ਵਿੱਚ, ਸੋਭਾ ਇਸ ਗੱਲ ਦੇ ਵਿੱਚ ਪਈ ਹੋਈ ਹੈ। ਰਵਿਦਾਸ ਸਾਹਿਬ ਜੀ ਦਾ ਇੱਕ ਸ਼ਬਦ ਹੁੰਦਾ, ਉਸ ਵਿੱਚ ਉਹਨਾਂ ਨੇ ਆਖਿਆ, ਕਹਿੰਦੇ ਮੇਰੇ ਜਿਹੜੇ ਹਾਣੀ ਨੇ, ਮੇਰੇ ਨਾਲ ਦੇ ਨੇ, ਮੇਰੀ ਜਾਤ ਕੁੱਲ ਵਾਲੇ ਮੰਨੇ ਜਾਂਦੇ ਨੇ, ਉਹ ਬਨਾਰਸ ਦੇ ਆਲੇ ਦੁਆਲੇ ਬੇਅੰਤੀ ਰਹਿੰਦੇ ਨੇ, ਬਹੁਤ ਰਹਿੰਦੇ ਨੇ, ਇਹੋ ਜਿਹੇ ਚੰਮ ਦਾ ਕੰਮ ਕਰਦੇ ਨੇ ਸਾਰੇ, ਆਪਣੀ ਕਿਰਤ ਕਰਕੇ ਖਾਂਦੇ ਨੇ, ਪਰ ਚੰਗੇ ਵਿਚਾਰਵਾਨ ਵਿਦਵਾਨ ਅਤੇ ਬ੍ਰਾਹਮਣ ਦਾਨੇ ਵਰਗ ਉਹਨਾਂ ਤੋਂ ਡਰਦੇ ਨਹੀਂ, ਉਹਨਾਂ 'ਤੇ ਆਪਣਾ ਹੁਕਮ ਲਾਗੂ ਕਰਦੇ ਨੇ। ਪਰ ਕਹਿੰਦੇ ਨੇ ਮਾਲਕ ਦੀ ਰਹਿਮਤ ਅਤੇ ਬਖਸ਼ਿਸ਼ ਹੀ ਹੈ ਕਿ ਮੈਂ ਸੱਚ ਦਾ ਰਾਹ ਕੀ ਫੜਿਆ, ਉਸ ਕਰਤੇ ਦੇ ਮਾਰਗ 'ਤੇ ਕੀ ਤੁਰਿਆ, ਚੰਗੇ ਚੰਗੇ ਵਿਦਵਾਨ ਅਤੇ ਬ੍ਰਾਹਮਣ ਵੀ ਹੁਣ ਸਿਰ ਝੁਕਾ ਕੇ ਲੰਘਦੇ ਨੇ। ਹੁਣ ਇਹ ਵਡਿਆਈ ਉਹਨਾਂ ਨੇ ਬਿਆਨ ਕੀਤੀ ਕਿਵੇਂ ਮਿਲੀ, ਉਹ ਕਹਿੰਦੇ ਮੇਰੀ ਜਾਤ ਘੁੱਟ ਬਾਂਡਲਾ ਢੋਲ ਢਵੰਤਾ ਨਿਤੇ ਬਨਾਰਸੀ ਆਸ ਪਾਸਾ। ਕਹਿੰਦੇ ਆਸ ਪਾਸ ਬਨਾਰਸ ਦੇ ਪਿੰਡਾਂ 'ਚ ਰਹਿੰਦੇ ਨੇ ਮੇਰੀ ਜਾਤ ਕੁੱਲ ਵਾਲੇ, ਜਿਨ੍ਹਾਂ ਨੂੰ ਚਮਾਰ ਚਮਾਰ ਕਹਿ ਕੇ ਦਰਕਾਰਿਆ ਜਾ ਰਿਹਾ। ਮੇਰੀ ਜਾਤ ਘੁੱਟ ਬਾਂਡਲਾ ਢੋਲ ਢਵੰਤਾ ਨਿਤੇ ਬਨਾਰਸੀ ਆਸ ਪਾਸਾ, ਅਬ ਬਿਪਰ ਪ੍ਰਧਾਨ ਕਰੇ ਡੰਡੋਤ। ਜਿਹੜਾ ਬਿਪਰ ਹੈ ਨਾ, ਬ੍ਰਾਹਮਣ ਹੈ, ਪੂਰੇ ਮਜ਼ਹਬ ਦਾ ਆਗੂ ਹੈ, ਕਹਿੰਦੇ ਉਹ ਵੀ ਉਹਨੂੰ ਨੱਕ ਰਗੜਨ ਦੇ ਆ ਗਏ, ਡੰਡੋਤ ਨਵੇਂ ਪੈਂਦਾ, ਮੱਥੇ ਟੇਕਦਾ। ਅਬ ਬਿਪਰ ਪ੍ਰਧਾਨ ਕਰੇ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਇਹ ਵਡਿਆਈ ਮੇਰੀ ਨਹੀਂ, ਰਵਿਦਾਸ ਸਾਹਿਬ ਕਹਿੰਦੇ ਜੇ ਮੈਂ ਤੇਰੀ ਸ਼ਰਨ 'ਚ ਨਾ ਆਉਂਦਾ
हे अकाल पुरख वाहिगुरु जी, मैं तेनू कबूल ना करदा ते मेरी हस्ती की हो, बाकियां वांगर मैनू भी चमार कह कह के इन्हां लोकां ने दरकार के लंघना सी। अज इन्हां दी जरूरत नहीं मेरी अखां दे विच अखां पा के भी गल कर सकन, क्योंकि सच है उहदे कोल। हर का नाम जन की वडियाई, हर के नाम जन शोभा पाई। जिहड़ा जन प्यार वाला है उहदी शोभा, उहदी वडियाई उस करते दी होंद नूं स्वीकार करन ते बाद ही है। हर का नाम जन को भोग जोग, हरी दे नाम नूं ध्यान च रख के तुरन वाला, भाव उहदी शरण दे विच चले जा के उस जन दा भोग ते जोग। उहने दो चीज़ां ने, समा नहीं मैं इहदे विस्थार च जावां, इह दो असल दे विच राह ने। भोग कहिंदे ने ग्रस्त मार्ग नूं, भोगी भी कहा जांदा सी, ते योग दा अर्थ है योग मार्ग नूं अपनाउण वाला है। दोनों दे मार्ग रख वखरे ने, एक ग्रस्ती ते एक जुगतां अपनाउण वाले जोगी। एक त्यागी खवाउंदे ने ते एक फैमिली वाले खवाउंदे ने, परिवारक ग्रस्ती खवाउंदे ने। भाव यह है कि एक पदार्थां दे विच रहिंदे ने, एक पदार्थां नूं त्यागण वाले खवाउंदे ने। दो राह ने। जिहड़ा रब दा जन है प्यार वाला है, वह करते दी याद नूं, उहदी होंद नूं, उहदे गुणां नूं ही भोग ते जोगी मनदा है। ਉਹਦਾ ਇਹ ਬੈਲੈਂਸ ਹੁੰਦਾ। ਉਹ ਕਹਿੰਦਾ ਪਦਾਰਥ ਛੱਡਣੇ ਵੀ ਨਹੀਂ, ਪਦਾਰਥ ਮੰਨਣੇ ਨੇ, ਪਦਾਰਥ ਕਰਤੇ ਵਾਹਿਗੁਰੂ ਨੇ ਬਣਾਏ ਨੇ, ਸਹੂਲਤਾਂ ਉਹਨੇ ਪ੍ਰੋਵਾਈਡ ਕੀਤੀਆਂ ਨੇ, ਇਸ ਵਿੱਚ ਵੀ ਰਹਿਣਾ, ਪਰ ਪਕੜ ਨਹੀਂ ਕਰਨੀ। ਯੋਗ ਉਹਦਾ ਇਹ ਹੈ ਅਤੇ ਭੋਗ ਉਹਦਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਹੈ। ਇਹ ਹੈ ਉਹਦੇ ਜੀਵਨ ਦਾ ਬੈਲੈਂਸ। ਨਾ ਉਹ ਪਦਾਰਥਾਂ ਨੂੰ ਭੰਡ ਕੇ ਪਰਿਵਾਰ ਨੂੰ ਤਿਆਗ ਕੇ ਤੁਰਦਾ, ਅਤੇ ਨਾ ਹੀ ਉਹ ਇੰਨਾ ਗੁੜੁੱਚ ਹੋ ਜਾਂਦਾ ਕਿ ਉਹਦੇ ਵਿੱਚ ਹੀ ਡੁੱਬ ਜਾਏ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਮ ਪਾਈ ਹੈ। ਗੁਰੂ ਮਹਾਰਾਜ ਨੇ ਅੱਗੇ ਆਖਿਆ, ਹਰ ਨਾਮ ਜਪਤ ਕਛ ਨਾਹੇ ਵਿਯੋਗ। ਉਹ ਕਰਤੇ ਦੇ ਨਾਮ ਨੂੰ, ਉਹਦੀ ਹੋਂਦ ਨੂੰ, ਉਹਦੇ ਗੁਣਾਂ ਨੂੰ ਜਪਦਾ ਜਪਦਾ ਕਛ ਨਾਹੇ ਵਿਯੋਗ, ਉਹਦੇ ਜੀਵਨ ਦੇ ਵਿੱਚ ਕੋਈ ਵੀ ਵਿਯੋਗ, ਵਿਯੋਗ ਦਾ ਅਰਥ ਹੁੰਦਾ ਕਿ ਕਿਸੇ ਪੱਖੋਂ ਵੀ ਗਮੀ ਨਹੀਂ ਆਉਂਦੀ, ਢੰਦੀ ਕਲਾ ਨਹੀਂ ਆਉਂਦੀ। ਉਹ ਮਨ ਨੂੰ ਡਿੱਗਣ ਨਹੀਂ ਦਿੰਦਾ, ਸਥਿਰ ਰੱਖਦਾ ਆਪਣੇ ਮਨ ਨੂੰ। ਅਖੀਰ ਮਹਾਰਾਜ ਕਹਿੰਦੇ ਨੇ, ਜਨ ਰਾਤਾ ਹਰ ਨਾਮ ਕੀ ਸੇਵਾ। ਉਹ ਜਨ ਰਤਿਆ ਪਿਆ, ਭਿੱਜਿਆ ਪਿਆ ਕਰਤੇ ਵਾਹਿਗੁਰੂ ਦੇ ਨਾਮ ਦੀ ਸੇਵਾ ਦੇ ਵਿੱਚ। ਹੁਣ ਨਾਮ ਦਾ ਭਾਵ ਹੈ ਉਹਦੀ ਹੋਂਦ, ਅਤੇ ਸੇਵਾ ਦਾ ਭਾਵ ਹੈ ਉਹਦੀ ਕੁਦਰਤ ਦੇ ਵਿੱਚ ਹੋਂਦ ਨੂੰ ਜਦੋਂ ਸਵੀਕਾਰ ਕਰਦਾ ਨਾ ਬੰਦਿਆਂ ਦੇ ਵਿੱਚ, ਲੋਕਾਂ ਦੇ ਵਿੱਚ, ਕਾਇਨਾਤ ਦੇ ਵਿੱਚ, ਉਹਦੀ ਕਾਇਨਾਤ ਦੀ, ਉਹਦੀ ਕੁਦਰਤ ਦੀ ਸੇਵਾ ਕਰਨ ਨੂੰ ਹੀ ਰੱਬ ਦੀ ਸੇਵਾ ਕਹਿੰਦਾ। ਇਹ ਬਾਣੀ ਦੇ ਵਿੱਚ ਬੜੇ ਥਾਂ 'ਤੇ ਸ਼ਬਦ ਆਏ ਨੇ ਕਿ ਰੱਬ ਦੀ ਸੇਵਾ, ਗੁਰੂ ਕੀ ਸੇਵਾ। ਅਸਲ ਦੇ ਵਿੱਚ ਉੱਥੇ ਫਰਜ਼ਾਂ ਦੀ ਗੱਲ ਹੈ, ਜ਼ਿੰਮੇਵਾਰੀਆਂ ਦੀ ਗੱਲ ਹੈ ਕਿ ਜਦੋਂ ਉਹ ਮੁਕੰਮਲ ਪੱਧਰ 'ਤੇ ਜ਼ਿੰਮੇਵਾਰ ਬਣ ਕੇ ਚੱਲਦਾ, ਸਮਾਜ ਅਤੇ ਕੁਦਰਤ ਦਾ ਸੇਵਾਦਾਰ ਬਣਦਾ, ਅਤੇ ਇਹ ਉਹਦੀ ਸੇਵਾ ਦਾ ਪੱਖ ਬਣਦਾ। ਅਖੀਰ ਮਹਾਰਾਜ ਕਹਿੰਦੇ, ਨਾਨਕ ਪੂਜੈ ਹਰ ਹਰ ਦੇਵਾ। ਹੇ ਨਾਨਕ, ਕਿਉਂਕਿ ਉਹ ਜਨ, ਉਹ ਪਿਆਰ ਵਾਲਾ ਅਕਾਲ ਪੁਰਖ ਵਾਹਿਗੁਰੂ ਦੇਵ ਨੂੰ, ਸ੍ਰੇਸ਼ਟ ਕਰਤੇ ਨੂੰ ਪੂਜਦਾ। ਪੂਜਨ ਦਾ ਭਾਵ ਹੁੰਦਾ ਮਾਣ ਦੇਣਾ, ਸਤਿਕਾਰ ਕਰਨਾ, ਅਦਬ ਕਰਨਾ। ਉਹ ਕੇਵਲ ਬਾਹਰੀ ਤੌਰ 'ਤੇ ਪੂਜਾ ਨਹੀਂ ਕਰਦਾ। ਪੂਜਾ ਕੀਚੈ ਨਾਮ ਧਿਆਈ ਹੈ, ਬਿਨ ਨਾਮੈ ਪੂਜ ਨਾ ਹੋਏ। ਸੋ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਪਾਵਨ ਪਦੇ ਦੀ ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।